चंदन। हाँ जी हाँ जी चंदन है जी। अच्छा मैं फर्स्ट टाइम देखा है चंदन का बूटा। खान वास्ते जिहड़ी आम जिहड़ी हुंदी नी किलो किलो वाली क्वालिटी वधिया पैकिंग वाली आंदी है। अच्छा ओह चीज है जी। अच्छा हाँ जी। हेलो एवरीवन, कितना सारे ठीक हो? तो तुम्हें मैं जलंधर शहर की एक बहुत ही ब्यूटीफुल नर्सरी दिखा लगा जिसका नाम है धर्मिंदर नर्सरी, तो जो कि है हुशियारपुर रोड पर है। बाकी तुम मैं नंबर दे दाँगा, तुम गाइड हो जाएगा। इन्नी ब्यूटीफुल नर्सरी है तो मैं इतने आया तो अज सौरभ मेरे नाल है, तो सौरभ सू प्लांट्स बारे सारे दसेगा तो जानकारी देगा प्लांट्स कि कि बहुत सोहने प्लांट्स है। मैंने बहुत वधिया लगी सौरभ, बहुत वधिया नर्सरी तुहाडी यार, बहुत वधिया नर्सरी है इन्हां दी। तो तुसीं विजिट जरूर करियो, तुहानूं मैं प्लांट्स दिखांदा इन्ने इन्ने सोहने तरह के, तो प्राइजिज़ इन्ने रीजनेबल प्राइजिज़ है ना, तो तुहानूं मैं कोई कोई प्राइज सारे विच दस्सांगा। तो इन्ने सोहने प्राइज है तो तुहानूं देख के लगूंगे। आह देखो प्लांट्स भी एडे सोहने सोहने लगे हुए सारे। आह देखो तो अगे आह देखो इधर आओ, ए पाम इन्हां दे चले आ। सौरभ कि पाम है? बोटल पाम, बोटल पाम, बोटल पाम, बोटल पाम है। मैंने बहुत वधिया लगता है वाला बूटा, इन्हां दे सोल्ड हो गए हुए। आओ हुण आपां सारे एक एक करके देखते हैं कि प्लांट्स है इन्हां को। लो जी साढ़े हम स्टार्ट हो गए हैं, यह सारे एरिका पाम्स है। सौरभ यह अपना एक ही तरह किस्म के सारे एरिका पाम? हाँ जी एक किस्म के। अच्छा तो यह कोई व्डा कोई छोटा है ना? इन प्राइस भी अलग अलग होते हैं? हाइट का रेट है। मतलब स्टार्टिंग कितने तो होती है? स्टार्टिंग 100 रुपये तो है। 100 रुपये तो होती, ठीक है, मतलब साइज के अकॉर्डिंगली है। हाँ जी है ना। पौधा हौली ग्रोथ करदा इस करके जी। जिहड़ी चीड़ जी, चीड़ ਜਿਹੜੀ ਪਹਾੜਾਂ ਤੇ ਲੱਗੀ ਹੋਈ ਦੇਖੀ ਉਹ ਚੀਜ਼ ਹੈ ਜੀ। ਪਰਮ ਇਹ ਕਿਹੜਾ ਆ ਗਿਆ? ਇਹ ਲਲਟੈਨਾ ਜੀ। ਲਲਟੈਨਾ? ਹਾਂਜੀ। ਇਹ 12 ਮਹੀਨੇ ਹੁੰਦਾ ਹੈ ਬਲਾ? ਪਰਮਨੈਂਟ ਆਲ ਸੀਜ਼ਨ ਫਲਾਵਰ, ਗਰਮੀਆਂ ਸਰਦੀਆਂ ਬਰਸਾਤਾਂ 12 ਮਹੀਨੇ। ਉਹ ਸ਼ੋਕਾ ਆ ਗਿਆ ਸਾਹਮਣੇ? ਉਹ ਸ਼ੋਕਾ ਟਰੀ ਹੈ ਜੀ। ਠੀਕ ਹੈ ਠੀਕ ਹੈ। ਤੇ ਇਹ ਕਿਹੜੇ ਆ? ਉਹ ਬਾਂਸ ਹੈ ਜੀ। ਹਾਂਜੀ। ਅੱਛਾ ਇਹ ਕਿਹੜੇ ਆ? ਇਹ ਸ਼ਾਵਨੀ। ਸ਼ਾਵਨੀ? ਇਹਦਾ ਕੋਈ ਮਤਲਬ ਫਲਾਵਰ ਹੁੰਦਾ? ਅੱਛਾ ਫਲਾਵਰ ਆਉਂਦੇ ਇਹਨਾਂ ਦੇ। ਆਪਣਾ ਇਹ ਕਿਹੜਾ ਆ ਗਿਆ? ਇਹ ਬਕਸਰ ਹੈ ਜੀ, ਜਿਹੜੇ ਹੈਜ ਵਾਸਤੇ ਹੁੰਦੇ ਆ। ਅੱਛਾ ਕਾਫੀ ਵਧੀਆ ਪਲਾਂਟ ਹੈ ਜੀ। ਕਿੰਨੇ ਰੇਂਜ ਤੋਂ ਸਟਾਰਟ ਹੋ ਜਾਂਦਾ ਆਪਣਾ? ਇਹ 30 ਰੁਪਏ ਦਾ ਜੀ। ਅੱਛਾ ਤੇ ਇਹ ਗੋਲਡਨ ਆ ਗਏ ਆਪਣੇ? ਇਹ ਹਾਂਜੀ। ਇਹ ਕਿੰਨੇ ਤੋਂ ਸਟਾਰਟ ਹੋ ਜਾਂਦਾ? ਇਹ 150 ਰੁਪਏ ਦਾ ਹੈ। 150 ਦਾ? ਬਹੁਤ ਪਰ ਸੋਹਣਾ, ਬਹੁਤ ਬਹੁਤ ਪਿਆਰੀ ਵਰਾਈਟੀ, ਬਹੁਤ ਵਧੀਆ ਇਹਨਾਂ 'ਚ ਵੀ ਵਰਾਈਟੀ ਕਾਫੀ ਆਉਂਦੀ ਹੋਣੀ। ਹਾਂ ਇਹ 'ਚ 2-3 ਤਰ੍ਹਾਂ ਦੀ ਵਰਾਈਟੀ ਹੁੰਦੀ ਹੈ ਜੀ, ਇਹ ਗੋਲਡਨ, ਸਿਲਵਰ। ਹਾਂ ਕੁਆਲਿਟੀ ਤਾਂ ਪਤਾ ਲੱਗ ਜਾਂਦਾ। ਹਾਂਜੀ ਹਾਂਜੀ ਕੁਆਲਿਟੀ ਪਤਾ ਲੱਗ ਜਾਂਦਾ। ਸਰ ਇਹ ਕਿਹੜਾ ਆ ਗਿਆ ਆਪਣਾ? ਇਹ ਕੋਪੀ ਹੈ ਜੀ। ਅੱਛਾ ਪਰਮਨੈਂਟ? ਇਹ 40 ਰੁਪਏ ਦਾ ਜੀ, ਪਰਮਨੈਂਟ ਫਲਾਵਰ ਹੈ। ਅੱਛਾ ਪਰਮਨੈਂਟ ਇੱਥੇ ਆਈ ਜਾਣੇ? ਹਾਂਜੀ। ਵਾਹ ਆਹ ਦੇਖੋ ਪਲਾਂਟ ਹੈ ਨਾ, ਇਹ ਚੀਜ਼ ਲੱਗੀ ਜਿੱਦਾਂ ਤੇ ਬੜੇ ਪਿਆਰੇ ਆ, ਇਹਦਾ ਗ੍ਰੀਨਰੀ ਵੀ ਬੜੀ ਹੈ ਇਹਦੇ ਨਾਲ। ਤੇ ਇਹ ਕਿਹੜੇ ਆ ਗਏ ਹੁਣ ਅੱਗੇ? ਇਹ ਹੈਬਿਸਕਸ ਵੈਰੀਗੇਟ ਆ। ਅੱਛਾ ਬੜਾ ਸੋਹਣਾ ਇਹ ਵੀ ਬੂਟਾ। ਇਹ ਤੇ ਪਿੰਕ, ਗ੍ਰੀਨ, ਹਾਂ ਰੈੱਡ ਤੇ ਇਦਾਂ ਰਹਿਣੇ ਆ, ਵਾਈਟ ਇਦਾਂ ਜਾਂਦੇ। ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ। ਇਹ ਸੇਮ ਉਹੀ ਹੋ? ਹਾਂਜੀ ਹਾਂਜੀ ਉਹੀ ਚੀਜ਼ ਹੈ। ਇਹ ਵਾਲਾ ਆ ਗਿਆ? ਇਹ ਵੈਰੀਗੇਟ ਆ, ਚਾਂਦਨੀ ਆ। ਚਾਂਦਨੀ? ਠੀਕ। ਇਹ ਵਾਈਟ ਵੀ ਪੱਤੇ, ਸ਼ੋਪੀਸ ਵੀ, ਇਹਨੂੰ ਫਲਾਵਰ ਵੀ ਆ। ਫਲਾਵਰ ਵੀ ਆ। ਸਰ ਮੈਂ ਕਿਹੜਾ ਆ ਗਿਆ ਹੁਣ? ਇਹ ਲਵੈਂਡਰ ਆ ਜੀ। ਲਵੈਂਡਰ ਆ? ਇਹਦੀ ਖਾਸੀਅਤ? ਖਾਸੀਅਤ ਇਹ ਜੀ, ਅੱਜ ਕੱਲ ਗੂਗਲ ਤੇ ਬਹੁਤ ਚੱਲਣ ਡਿਆ ਜਦੋਂ ਨੂੰ ਕਹਿੰਦੇ ਮੱਛਰ ਨਹੀਂ ਆਉਂਦੇ ਇਹਨਾਂ। ਅੱਛਾ ਅੱਛਾ ਮੱਛਰ ਨਹੀਂ ਆਉਂਦੇ ਇਹਦੇ ਤੇ? ਮੱਛਰ ਨਹੀਂ ਆਉਂਦੇ ਤੇ ਫਲਾਵਰ ਵੀ ਆ, ਸੋਹਣੇ ਫਲਾਵਰ ਆ ਗਏ ਆ। ਦੇਖੋ ਕਿੰਨੇ ਸੋਹਣੇ ਲੱਗਦੇ ਪਏ, ਪਰ ਇਹ ਲਾਣੇ ਚਾਹੀਦੇ ਆ ਘਰਾਂ 'ਚ। ਹਾਂਜੀ ਬਹੁਤ ਵਧੀਆ ਚੀਜ਼ ਆ। ਤੇ ਕਿੰਨੇ ਰੇਂਜ ਤੋਂ ਸਟਾਰਟ ਹੋ ਜਾਂਦਾ? ਇਹ 100 ਰੁਪਏ ਦਾ ਜੀ। ਅੱਛਾ ਵਾਹ ਯਾਰ। ਆਪਣਾ ਸੌਰਵ ਇਹ ਕਿਹੜਾ ਆ ਗਿਆ? ਇਹ ਸੁਹਾਂਜਣਾ ਜੀ। ਬੜੀ ਡਿਫਰੈਂਟ ਤਰ੍ਹਾਂ ਦਾ ਲੱਗ ਰਿਹਾ ਇਹ। ਹਾਂਜੀ ਚੀਜ਼ ਵੱਖਰੀ ਹੈ ਜੀ, ਮੈਡੀਸਨਲ ਪੌਦਾ, 300 ਬਿਮਾਰੀਆਂ ਦਾ ਘਾਟ ਹੈ ਇਹਨਾਂ। ਅੱਛਾ ਮੈਡੀਸਨਲ ਲੈਵਲ ਪੌਦਾ? ਹਾਂਜੀ ਹਾਂਜੀ। ਕੀ ਬਾਤ ਹੈ! ਸਬਜ਼ੀਆਂ ਦੀ, ਫਲੀਆਂ ਦੀ ਸਬਜ਼ੀਆਂ ਬਣਦੀਆਂ ਬਹੁਤ ਵਧੀਆ। ਮੈਂ ਤੇ ਉਦੋਂ ਫਲ ਹੁੰਦਾ ਕਿ ਨਹੀਂ? ਫਲੀਆਂ ਫਲੀਆਂ ਫਲੀਆਂ? ਹਾਂਜੀ ਫਲੀਆਂ, ਬੀਨਸ। ਅੱਛਾ ਬੀਨਸ, ਠੀਕ ਹੈ ਠੀਕ ਹੈ ਠੀਕ ਹੈ। ਪਰ ਵਧੀਆ ਚੀਜ਼ ਹੈ ਨਾ, ਤੇ ਇਹਦੇ ਪੱਤੇ ਖਾਣੇ ਚਾਹੀਦੇ ਆ? ਪੱਤੇ ਖਾਣੇ ਚਾਹੀਦੇ ਆ ਡਾਇਬੀਟੀਜ਼, ਡਾਇਬੀਟੀਜ਼ ਵਾਸਤੇ। ਅੱਛਾ ਡਾਇਬੀਟੀਜ਼ ਵਾਲੇ ਵਧੀਆ ਚੀਜ਼ ਆ। ਹਾਂਜੀ ਹਾਂਜੀ। ਆ ਬਾਤ ਐ ਅਨਾਰ ਆ ਗਏ? ਹਾਂਜੀ ਅਨਾਰ ਖੰਦਾਰੀ। ਅਨਾਰ ਕਿੰਨੇ ਦਾ ਸ਼ੁਰੂ ਹੁੰਦਾ ਆਪਣਾ? ਅਨਾਰ ਇਹ 100 ਰੁਪਏ ਦਾ ਆ। ਅੱਛਾ ਤੇ ਛੋੜੀ ਸੋਹਣਾ ਯਾਰ, ਲੋ ਕੁਆਲਿਟੀ ਵਾਲਾ ਲੋਗੇ 50 ਰੁਪਏ ਦਾ ਜੀ। ਨਹੀਂ ਨਹੀਂ ਆ ਕੁਆਲਿਟੀ ਬਹੁਤ ਜ਼ਬਰਦਸਤ ਲੱਗ ਰਹੀ ਹੈ ਇਹ, ਵਧੀਆ ਖੰਦਾਰੀ ਆ। ਇਹ ਕਿਹੜੇ ਆ ਗਏ? ਇਹ ਕੁੰਦਨ ਵੇਲ ਆ ਜੀ। ਕੁੰਦਨ ਵੇਲ? ਅੱਛਾ ਇਹ ਤੇ ਫੁੱਲ ਹੁੰਦੇ? ਹਾਂ ਫਲਾਵਰ ਹੁੰਦੇ ਆ। ਠੀਕ ਹੈ ਠੀਕ। ਸਰਵ ਆ ਕਿਹੜਾ? ਇਹ ਟਾਟਾ ਫਾਈਕਸ ਆ ਜੀ। ਅੱਛਾ ਇਹ ਬੌਨਸਾਈ ਵਾਸਤੇ, ਇਨਡੋਰ ਆਊਟਡੋਰ ਦੋਨੋਂ ਜਗ੍ਹਾ ਚੱਲਦਾ? ਦੋਨੋਂ ਜਗ੍ਹਾ ਚੱਲ ਜਾਂਦਾ। ਹਾਂਜੀ ਕੀ ਬਾਤ ਹੈ! ਤੇ ਇਹ ਕਿੰਨੇ ਤੋਂ ਸਟਾਰਟ ਹੋ ਜਾਂਦਾ ਬੂਟਾ? ਛੋਟਾ ਲਵੋਗੇ 100 ਰੁਪਏ ਸਟਾਰਟਿੰਗ ਆ। ਅੱਛਾ ਬੌਨਸਾਈ? ਹਾਂ ਕੁਆਲਿਟੀ ਸਾਨਾ, ਪਰ ਸੋਹਣੀ ਚੀਜ਼ ਆ, ਬਹੁਤ ਵਧੀਆ ਚੀਜ਼ ਆ, ਐਵਰਗ੍ਰੀਨ। ਹਾਂ ਮਤਲਬ ਸੋਹਣਾ ਵੀ ਲੱਗਦਾ ਲੱਗਾ ਹੋਇਆ ਹੈ ਨਾ, ਕੱਲਾ ਕੱਲਾ ਪੌਦਾ ਲਵੋਗੇ ਤਾਂ ਵੀ ਚੰਗਾ ਲੱਗਣਾ, ਬਹੁਤ ਸੋਹਣਾ ਲੱਗਣਾ ਵਾਕਈ। ਦੋਰਾ ਕਿਹੜੇ ਕਿਹੜੇ ਪਏ ਆਪਣੇ ਕੋਲ? ਇਹ ਚ ਜੀ ਕਿੰਨੂ ਆ, ਅੱਛਾ ਨਿੰਬੂ ਆ ਜੀ, ਚੀਕੂ ਆ, ਕਟਹਲ ਆ,
ਓਹੀ ਦੇਖੋ ਇਹ ਚ ਲਾਉਂਗੇ ਛੋਟਾ ਲਾਉਂਗੇ 50 ਰੁਪਏ ਦਾ ਤੁਹਾਨੂੰ ਆਪ ਤਿਆਰ ਕਰਨੀਆਂ ਪੈਣੀਆਂ ਜੇ ਇਹ ਲਓ ਇਹ ਤਿਆਰ ਹੈ 500 ਰੁਪਏ ਦਾ ਪੈਣਾ ਅੱਛਾ ਬਹੁਤ ਸੋਹਣਾ ਤਿਆਰ ਹੈ ਯਾਰ ਤੇ ਉਹ ਲਾਉਂਗੇ ਗ੍ਰੀਨ ਵਾਲਾ ਯੈਲੋ ਵਾਲਾ ਉਹ ਵੀ ਤੁਹਾਨੂੰ 500 ਰੁਪਏ ਦਾ ਪੈਣਾ ਅੱਛਾ ਇਹ ਵਾਲਾ ਹਾਂਜੀ ਬਹੁਤ ਸੋਹਣਾ ਯਾਰ ਜੇ ਉਹ ਲਾਉਂਗੇ ਗ੍ਰੀਨ ਵਾਲਾ ਕਾਫੀ ਗਰੋਥ ਬਹੁਤ ਵਧੀਆ ਹੈ ਹਾਂਜੀ ਹਾਂਜੀ ਜੇ ਗ੍ਰੀਨ ਵਾਲਾ ਲਾਉਂਗੇ ਉਹ 800 ਰੁਪਏ ਦਾ ਜੀ ਅੱਛਾ ਗ੍ਰੀਨ ਵਾਲਾ ਮੈਂ ਕਾਫੀ ਦੇਖਦਾ ਘਰਾਂ ਦੇ ਬਾਹਰ ਲੱਗੇ ਹੁੰਦੇ ਆ ਇਹ ਵਾਲੇ ਹੈ ਨਾ ਇਹ ਜ਼ਿਆਦਾ ਡਿਮਾਂਡ 'ਚ ਰਹਿੰਦੇ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਆਮ सारे वड्डे बोतल पाम जी बड़ा सोहना यार ये चीकू है जी चीकू वाला फल भी लगा है हां जी हां जी वाह चीकू ते पकदा पूरा प्रॉपर पेड़ बनदा गारंटी दा हां जी अच्छा काफी सोहना ही वैरायटी है अभी मतलब क्वालिटी वाइज भी बहुत बढ़िया लग रहा है हां जी हां जी अच्छा बहुत सोहना चलो भाई केड़े अपने पे इधर ए टाडे जी पीछे जेड़ा पया है वो मोशली है अच्छा ਜਿਹੜੀ ਆਮ ਜਿਹੜੀ ਹੁਣ ਅੱਜ ਸਤਸੰਗ 'ਚ ਲੱਗਣ ਨਹੀਂ ਡਈ ਹੈ ਉਹ ਚੀਜ਼ ਆ ਲੱਕੜ ਵਾਸਤੇ ਵੀ ਬਹੁਤ ਵਧੀਆ ਯੂਜ਼ ਆ ਅੱਛਾ ਗਾਂ ਛਤਰੀ ਬਹੁਤ ਵਧੀਆ ਬੰਦ 10 ਫੁੱਟ ਦੀ ਰੇਂਜ 'ਚ ਰਹਿੰਦੇ ਬਸ ਅੱਛਾ ਅੱਛਾ ਬਹੁਤੇ ਹਾਈਟ ਨਹੀਂ ਜਾਂਦੀ ਜ਼ਿਆਦਾ ਹਾਈਟ ਨਹੀਂ ਜਾਂਦੀ ਫੈਲਦੇ ਜ਼ਿਆਦਾ ਹਾਂ ਬਹੁਤ ਵਧੀਆ ਸ਼ਾਮ ਉਹ ਠੰਡੀ ਏਦੀ ਅਗਲੇ ਜਿਹੜੇ ਅਗਲੇ ਪਏ ਆ ਇਹ ਛਤਰੀ ਵਾਲੀ ਡੇਕ ਆ ਜੀ ਅੱਛਾ ਇਹ ਵੀ ਪੂਰੀ ਫੈਲਦੀ ਆ ਪੂਰੀ ਫੈਲਦੀ ਆ ਡੇਕ ਵਾਂਗੂ ਬਹੁਤ ਵਧੀਆ ਕਿੰਨੇ ਕਿੰਨੇ ਦਾ ਸਟਾਰਟ ਹੋ ਜਾਂਦਾ ਉਹਦਾ ਬੂਟਾ ਵਾਹੀ ਦੇਖੋ ਡੇਕ ਤੇ ਦੇਖੋ ਇੱਕ 50 ਰੁਪਏ ਦੀ ਆ ਜੀ ਅੱਛਾ ਠੀਕ ਹੈ ਜੀ ਛੋਟੀਆਂ ਜੇ ਇਹ ਲਾਂਗੇ ਵੱਡੀ ਆ 200 ਰੁਪਏ ਦੀ ਤਿਆਰ ਪੂਰੀ ਆ ਤਿਆਰ ਕਾਫੀ ਉਪਰ ਸਾਈਜ਼ ਵਾਲਾ ਹਾਂ 7 ਫੁੱਟ ਦੀ ਹੈਗੀ ਜੀ ਬਹੁਤ ਸੋਹਣੀ ਆ ਪੇੜ ਬੰਦੇ ਪ੍ਰੋਪਰ ਹਾਂਜੀ ਜੇ ਉਹ ਮੋਸਲੀ ਲਾਂਗੇ ਉਹ 250 ਰੁਪਏ ਦੀ ਆ ਜੀ ਅੱਛਾ ਉਹ 7 ਫੁੱਟ ਦਾ ਬੂਟਾ ਹੈਗਾ ਸਰਵ ਇਹ ਕਿਹੜੇ ਲੱਗ ਰਿਹਾ ਇਹ ਟਾਡੇ ਚਕਰੇਸੀ ਆ ਜੀ ਸ਼ਾਨਦਾਰ ਪੌਦੇ ਟਿੰਬਰ ਪਲਾਂਟ ਅੱਛਾ ਮਤਲਬ ਪੇੜ ਛਤਰੀ ਵਕਣ ਦਾ ਛਤਰੀ ਵਾਂਗੂ ਹਾਂਜੀ ਸ਼ਾਨਦਾਰ ਵੱਡੇ ਹੋ ਜਾਂਦੇ ਮਤਲਬ ਇਹ ਵੀ ਵਧੀਆ ਚੀਜ਼ ਆ ਸੋ ਯਾਰ ਸਾਰਿਆਂ ਨੂੰ ਰਿਕੁਐਸਟ ਆ ਯਾਰ ਇਦਾਂ ਦੇ ਬੂਟੇ ਲਾਓ ਯਾਰ ਪੇੜ ਬੰਦੇ ਜਿਹੜੇ ਹਨਾ ਆਕਸੀਜਨਦਾਰ ਹਾਂਜੀ ਆਕਸੀਜਨਦਾਰ ਹੁੰਦੇ ਆ ਹਾਂ ਕਿਆ ਕਿਹੜਾ ਇਹ ਅੰਜੀਰ ਜੀ ਅੰਜੀਰ ਦਾ ਹਾਂਜੀ ਹਾਂਜੀ ਅੱਛਾ ਤੇ ਇੱਧਰ ਮੈਂ ਦੇਖ ਰਿਹਾ ਕਾਫੀ ਤਰ੍ਹਾਂ ਦੀ ਵੈਰਾਈਟੀ ਪਈ ਹੈ ਕਿਹੜੀ ਕਿਹੜੀ ਆ ਗਈ ਆਪਣੇ ਕੋਲ ਇਹ ਤੁਹਾਡੀ ਮਸੰਮੀ ਹੈ ਅੱਛਾ ਇਹ ਸੀਤਾਫਲ ਆ ਇਹ ਸੀਤਾਫਲ ਆ ਹਾਂਜੀ ਕੀ ਬਾਤ ਆ ਇਹ ਆਵਲਾ ਆ ਆਵਲਾ ਆ ਗਿਆ ਆਮਲਾ ਤੇ ਆ ਤੁਹਾਡਾ ਹੈਗਾ ਸਟਾਰ ਫਰੂਟ ਅੱਛਾ ਇਹ ਵਾਲਾ ਸਟਾਰ ਫਰੂਟ ਅੱਛਾ ਸਾਰੇ ਫਲ ਨਿਕਲਦੇ ਤੇ ਸਾਰੇ ਫਲ ਬਣਨਗੇ ਇਹ ਵਾਲੇ ਜਿਹੜੇ ਇਹ ਮਸੰਮੀ ਆ ਉਹ ਲੀਚੀ ਆ ਅੱਛਾ ਲੀਚੀ ਦਾ ਵੀ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਇਹ ਕਿੰਨੀ ਕਿੰਨੀ ਉਹਦਾ ਆਈਡੀਆ ਸ਼ੁਰੂ ਹੋ ਜਾਂਦੀ ਰੇਟ ਇਹਨਾਂ ਦੇ ਦੇਖੋ ਅੰਜੀਰ ਤੇ 100 ਰੁਪਏ ਦੀ ਆ ਜੀ ਅੱਛਾ ਅੰਜੀਰ 100 ਰੁਪਏ ਦਾ ਆ ਹਾਂਜੀ ਜੇ ਆਵਲਾ ਲਾਉਂਗੇ ਆਵਲਾ ਆਪਣਾ ਕੱਕ 50 ਰੁਪਏ ਦਾ ਜੀ ਅੱਛਾ ਦੇਸੀ ਹਾਂ ਠੀਕ ਹੈ ਜੀ ਤੇ ਇਹ ਲਾਉਂਗੇ ਵਾਲਾ 250 ਰੁਪਏ ਦਾ ਵਧੀਆ ਕੁਆਲਿਟੀ ਵਧੀਆ ਕੁਆਲਿਟੀ ਹਾਂਜੀ ਤੇ ਉਹਦਾ ਆਮ ਫਰੂਟ ਤੇ ਜਿਹੜੇ ਕਹਿ ਰਹੇ ਹੋ ਜਿਹੜੇ ਫਰੂਟ ਦੇਖੋ ਮਸੰਮੀ ਦਾ 150 ਰੁਪਏ ਦੀ ਹੈ ਜੀ ਠੀਕ ਹੈ ਲੀਚੀ 200 ਰੁਪਏ ਦੀ ਹੈ ਜੀ ਠੀਕ ਹੈ ਠੀਕ ਮਤਲਬ ਵਧੀਆ ਮਤਲਬ ਪਲਾਂਟਸ ਵਧੀਆ ਹੈ ਵਾਲੇ ਹਨਾ ਹਾਂ ਵਧੀਆ ਵਾਲੇ ਤੇ ਰੇਟ ਬੂਟਾ ਵਧੀਆ ਹੈਗਾ ਆਵਲਾ 200 ਨਹੀਂ ਨਹੀਂ ਬਹੁਤ ਅੱਛੇ ਰੇਟ ਬਹੁਤ ਅੱਛੇ ਆਪਕੇ ਯਾਰ ਨਾਲੇ ਮੈਂ ਚੀਜ਼ ਦੇਖਣਾ ਕੁਆਲਿਟੀ ਬਹੁਤ ਅੱਛੀ ਪਲਾਂਟਸ ਦੀ ਬਹੁਤ ਅੱਛੀ ਕੁਆਲਿਟੀ ਹੈ ਸਰਵ ਹੈ ਕਿਹੜਾ ਬੂਟਾ ਯਾਰ ਇਹ ਟਾਡਾ ਵਿਦਿਆ ਪੜਾਈ ਹੈ ਜੀ ਅੱਛਾ ਪਰ ਬੜੀ ਵਧੀਆ ਕੁਆਲਿਟੀ ਲੱਗ ਰਹੀ ਹੈ ਇਹ ਨਵੀਂ ਗੋਲਡਨ ਕਲਰ ਚ ਆ ਜੀ ਹਾਂ ਆ ਦੇਖਣਾ ਕਲਰ ਕਿੰਨਾ ਪਿਆਰਾ ਹੈ ਕਲਰ ਬਹੁਤ ਸੋਹਣਾ ਕਲਰ ਹੈ ਤੇ ਆਪਣਾ ਸਰਵ ਕਿੰਨੇ ਕਿ ਰੇਂਜ ਦਾ ਬੂਟਾ ਸ਼ੁਰੂ ਹੋਇਆ ਦੇਖੋ ਇਹ ਤੇ ਹੈਗਾ 80 ਰੁਪਏ ਦਾ ਜੇ ਅੱਛਾ ਦੂਜੀ ਲਾਉਂਗੇ ਆਮ ਗ੍ਰੀਨ ਵਾਲੀ ਉਹ 40 ਰੁਪਏ ਦੀ ਹੈ ਜੀ ਅੱਛਾ ਪਰ ਇਹ ਲੱਗਦੀ ਵੀ ਪਈ ਹੈਗੀ ਜ਼ਬਰਦਸਤ ਚੀਜ਼ ਆ ਇਹ ਦਿਖਾ ਲਾ ਸਾਰੀ ਇੱਥੋਂ ਦੀ ਪੂਰੀ ਐਂਡ ਤੱਕ ਸਾਰੀ ਕਿੰਨੀ ਸੋਹਣੀ ਲੱਗਦੀ ਵੀ ਹੈ ਪਰ ਕਲਰ ਵਾਕਈ ਬਹੁਤ ਜਾਇਦਾ ਵੇ ਜਦੋਂ ਫੈਲਣਾ ਇਹਨੇ ਹੋਰ ਸੋਹਣਾ ਲੱਗਣਾ ਸਰਵ ਹੈ ਚੰਦਨ ਹਾਂਜੀ ਹਾਂਜੀ ਚੰਦਨ ਹੈ ਜੀ ਅੱਛਾ ਮੈਂ ਫਸਟ ਟਾਈਮ ਦੇਖਿਆ ਚੰਦਨ ਦਾ ਬੂਟਾ ਮਤਲਬ ਪਿਓਰ ਚੰਦਨ ਜਿਹੜੀ ਆਪਾਂ ਪਿਓਰ ਪਿਓਰ ਹਾਂਜੀ ਹਾਂਜੀ ਜਿਹੜੀ ਆਮ ਲੱਗੀ ਜਿਹੜੀ ਲੱਗੀ ਜੰਗਲਾ ਚ ਉਹ ਚੀਜ਼ ਹੈ ਉਹ ਅੱਛਾ ਉਹੀ ਹੈ ਹਾਂਜੀ ਤੇ ਇਹ ਕਿੰਨੇ ਰੇਂਜ ਹੋਣਾ ਬੂਟਾ ਇਹ 150 ਰੁਪਏ ਦਾ ਜੀ 150 ਰੁਪਏ ਦਾ ਵਾਹ ਜੇ ਇੱਕ ਵਾਰੀ ਬਣ ਗਿਆ ਪੇੜ ਤੇ ਬਹੁਤ ਮੋਜੀ ਮੋਜੀ ਹੈ ਜੀ ਹੈਨਾ ਹਾਂਜੀ ਸਾਰੀ ਉਮਰਾਂ ਦੀ ਰੋਟੀ ਬਹੁਤ ਸੋਹਣਾ ਸਾਰੇ ਉਹੀ ਹੈ ਹਾਂਜੀ ਹਾਂ ਚੰਦਨ ਹੈ ਜੀ ਕਾਸਟਲੀ ਉਹਦੇ ਘੱਟ ਹੀ ਹੈ ਬਸ ਉਹ ਪਰ ਫੇਰ ਵੀ ਜਿਸ ਹਿਸਾਬ ਨਾਲ ਚੰਦਨ ਪੇ ਦੇਖੀ ਪਹਿਲੀ ਵਾਰੀ ਹੈ ਵਾਹ ਬਹੁਤ ਸੋਹਣਾ ਸਰਵ ਸਾਰੇ ਪਾਮ ਦੇ ਲੱਗੇ ਹੋਏ ਆ ਹਾਂਜੀ ਹਾਂਜੀ ਪਾਮ ਹੈ ਜੀ ਅੱਛਾ ਇਹ ਵੀ ਆਪਣਾ ਚਾਈਨਾ ਪਾਮ ਇਹ ਵਾਸ਼ਿੰਗਟਨੀਆ ਅੱਛਾ ਤੇ ਇਹਦੇ ਵੀ ਮਤਲਬ ਟਾਈਪਸ ਹੁੰਦੀਆਂ ਇਹਦੇ ਵਿੱਚ ਵੀ ਨਹੀਂ ਹਾਂ ਇਹ ਟਾਈਪਸ ਹੁੰਦੀ ਪਰ ਇਹ ਚ ਹਾਈਟ ਦਾ ਹੁੰਦਾ ਪਰ ਹਾਂ ਇਹ ਹਾਈਟ ਲੰਬੇ ਜਾਂਦੇ ਆ ਇਹ ਹਾਈਟ ਹੁੰਦੀ ਇਹਨਾਂ ਦੀ ਅੱਛਾ ਕਿੰਨੀ ਰੇਂਜ ਹੋ ਜਾਂਦਾ ਸ਼ੁਰੂ ਸ਼ੁਰੂ ਹੋਈ 100 ਰੁਪਏ ਤੋਂ ਸਟਾਰਟਿੰਗ ਹੈ ਇੱਥੇ ਜੀ ਅੱਛਾ ਹਾਂ 100 ਰੁਪਏ ਤੋਂ ਸਟਾਰਟਿੰਗ ਆ ਜੇ ਇਹ ਪੁਰਾਣਾ ਇਹ ਲਾਉਂਗੇ 1500 ਦਾ ਪੈਣਾ ਜੀ ਨਹੀਂ ਬਹੁਤ ਵਧੀਆ ਹੈਗਾ ਬਣਿਆ ਆ ਪ੍ਰੋਪਰ ਆ ਦੇਖੋ ਨਦੀ ਵਾਇਰੀ ਵਿੱਚੋਂ ਆ ਨਦੀ ਚੋਂ ਆਪਾਂ ਲੰਘਣਾ ਹੈ ਇੱਧਰ ਨੂੰ ਬਹੁਤ ਸੋਹਣਾ ਬਣਾਇਆ ਸਰ ਤੁਹਾਡੀ ਇਹ ਨਸੀ ਬਹੁਤ ਪਿਆਰੀ ਹੈ ਬਹੁਤ ਵਧੀਆ ਨਸੀ ਹੈ ਇਹ ਕਿਹੜਾ ਹੈਗਾ ਸਰ ਇਹ ਸ਼ਾਮਨੀ ਸ਼ਾਮਨੀ
ਬਹੁਤ ਵਧੀਆ ਨਰਸਰੀ ਆ ਤੁਹਾਡੀ। ਧੰਨਵਾਦ ਜੀ। ਹਾਂ ਬਹੁਤ ਸੋਹਣੀ, ਮੈਨੂੰ ਤਾਂ ਬਹੁਤ ਵਧੀਆ ਲੱਗੀ ਯਾਰ।
ਤੇ ਤੁਸੀਂ ਸਾਰੇ ਵਿਜ਼ਿਟ ਜ਼ਰੂਰ ਕਰਿਓ ਤੇ ਮੇਨ ਸਭ ਤੋਂ ਚੀਜ਼ ਇਹਨਾਂ ਦੀ ਪ੍ਰਾਈਸਿਸ ਬਹੁਤ ਹੀ ਵਧੀਆ ਪ੍ਰਾਈਸਿਸ ਔਰ ਤੁਹਾਡੇ ਆ ਤੇ ਮੇਨ ਕੁਆਲਿਟੀ ਜਿਹੜੀ ਪਲਾਂਟਸ ਦੀ ਇੰਨੀ ਸ਼ਾਨਦਾਰ ਹੈ ਨਾ ਤੁਸੀਂ ਕੋਈ ਲਾਓਗੇ ਤੁਹਾਨੂੰ ਆਪ ਕਹੋਗੇ ਕਿ ਯਾਰ ਵਾਕਈ ਪਲਾਂਟਸ ਹੈ ਵਾਲੇ ਬਹੁਤ ਵਧੀਆ ਸੋ ਪਲੀਜ਼ ਯਾਰ ਰਿਕੁਐਸਟ ਹੈ ਸਾਰਿਆਂ ਨੂੰ ਪਲਾਂਟਸ ਜ਼ਿਆਦਾ ਤੋਂ ਜ਼ਿਆਦਾ ਲਾਓ ਹੈ ਨਾ ਸਰ ਕਿਉਂਕਿ ਅੱਜ ਦੀ ਡੇਟ 'ਚ ਪਲਾਂਟ ਘੱਟ ਰਹੇ ਆ ਪੇੜ ਘੱਟ ਰਹੇ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਲਾਉਣ ਦੀ ਕਿ ਵਧੀਆ ਆਪਣਾ ਨੇਚਰ ਬਣੀ ਰਹੇ ਹੈ ਨਾ ਹਾਂਜੀ ਤੇ ਹਰ ਤਰ੍ਹਾਂ ਮੈਡੀਸਨਲ ਪਲਾਂਟਸ ਵੀ ਹੈਗੇ ਇਹਨਾਂ ਕੋਲ ਸਾਰੇ ਜੋ ਫੁੱਲਾਂ ਦੇ ਬਹੁਤ ਸੋਹਣੇ ਸੋਹਣੇ ਤਰ੍ਹਾਂ ਦੇ ਪਲਾਂਟਸ ਆ ਗਏ ਹੈ ਨਾ ਮੈਰੀਗੋਲਡ ਡੇਲੀਆ ਪਟੋਨੀਆ ਸਾਰੇ ਸੀਜ਼ਨਲੀ ਵੀ ਹੈਗੇ ਆ 12 ਮਹੀਨੇ ਵਾਲੇ ਵੀ ਹੈਗੇ ਸਾਰੇ ਪਰਮਨੈਂਟ ਵਾਲੇ ਸੀਜ਼ਨ ਵਾਲੇ ਸਾਰੇ ਮਿਲ ਜਣੇ ਫਲ ਵੀ ਮੇਨ ਫਰੂਟਸ ਵਾਲੇ ਵੀ ਹਰ ਤਰ੍ਹਾਂ ਦੇ ਤਕਰੀਬਨ ਸਾਰੇ ਹੀ ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਵਾਚ ਕਰਨ ਲਈ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਠੀਕ ਹੈ ਤੇ ਬਹੁਤ ਬਿਊਟੀਫੁਲ ਨਰਸਰੀ ਮੈਂ ਬਾਰ-ਬਾਰ ਕਹਿ ਰਿਹਾ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਈਜ਼ੀਲੀ ਮੇਨ ਰੋਡ ਤੇ ਹੀ ਹੈ ਤੁਹਾਨੂੰ ਪਤਾ ਲੱਗ ਜਾਣਾ ਤੇ ਥੈਂਕ ਯੂ ਸੌਰਵ ਬਹੁਤ ਬਹੁਤ ਯਾਰ ਟਾਈਮ ਦੇ ਲਈ ਤੁਹਾਨੂੰ ਕੋਈ ਗੱਲ ਨਹੀਂ ਇੰਨੇ ਵਧੀਆ ਵਧੀਆ ਪਲਾਂਟਸ ਦਿਖਾਉਣ ਲਈ ਥੈਂਕ ਯੂ ਤੁਹਾਡਾ ਬਹੁਤ ਬਹੁਤ ਯਾਰ ਸ਼ੇਅਰ ਜ਼ਰੂਰ ਕਰਿਓ ਵੀਡੀਓ ਪਲੀਜ਼